ਸਾਡੇ ਨਾਲ ਨੇ ਸਰਦਾਰ ਚਮਨ ਸਿੰਘ ਜੀ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਚਮਨ ਸਿੰਘ ਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਮਨਾ ਦੇ ਕਿਨਾਂ ਕੰਢੇ ਜਿਹੜੀ ਆਪ ਜੀ ਨੂੰ ਮਿਲੀ, ਔਰ ਉੱਥੇ ਕੀ ਮਾਹੌਲ ਦੇਖਣ ਨੂੰ ਮਿਲਿਆ, ਜਿਹੜਾ ਗੁਰੂ ਸਾਹਿਬ ਦਾ ਸਰੂਪ ਆਪ ਉੱਥੋਂ ਦਿੱਲੀ ਕਮੇਟੀ ਵੱਲੋਂ ਜਾ ਕੇ ਸੰਗਤਾਂ ਨਾਲ ਸਟਾਫ ਨਾਲ ਜਾ ਕੇ ਲੈ ਕੇ ਆਏ, ਉੱਥੇ ਕੀ ਮਾਹੌਲ ਆਪ ਜੀ ਨੂੰ ਦੇਖਣ ਨੂੰ ਮਿਲਿਆ? ਕਿਉਂਕਿ ਜਿਸ ਹਿਸਾਬ ਨਾਲ ਉੱਥੇ ਵੀਡੀਓ ਦੇਖਣ ਨੂੰ ਲੱਗਦਾ ਹੈ ਕਿ ਉੱਥੇ ਬੜੀ ਦਰਦਮਈ ਹਾਲਤ ਦੇ ਵਿੱਚ ਗੁਰੂ ਸਾਹਿਬ ਸਨ, ਅਤੇ ਥੋੜ੍ਹਾ ਜਿਹਾ ਅਸੀਂ ਚਾਹਾਂਗੇ ਆਪ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਡੇ ਧਰਮ ਪ੍ਰਚਾਰ ਕੌਂਸਲ ਨੂੰ ਇੱਕ ਵੀਡੀਓ ਜਿਹੜੀ ਹੈਗੀ ਆ ਉਹਨਾਂ ਨੇ ਵਟਸਅਪ ਕੀਤੀ ਹੈ ਕਿ ਜਿਹੜੇ ਕੁਛ ਵੀਰ ਪੰਜਾਬ ਤੋਂ ਆਣ ਕੇ ਇੱਥੇ ਟਰਾਲਿਆਂ ਦੀ ਟ੍ਰੇਨਿੰਗ ਹੁੰਦੀ ਹੈ ਜਮਨਾ ਦੇ ਕੰਢੇ 'ਤੇ, ਔਰ ਸਰਾਏ ਕਾਲੇ ਖਾਂ ਦੇ ਕੋਲ ਹੈਗਾ, ਔਰ ਉੱਥੇ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਚਮਨ ਸਿੰਘ ਜੀ ਇੱਥੇ ਸਾਨੂੰ ਵੀਡੀਓ ਆਈ ਹੈ, ਅਤੇ ਉਹ ਦਰਦਮਈ ਜਿਹੜੇ ਕੁਛ ਲੋਕ ਸੀ ਉਹਨਾਂ ਨੇ ਸਾਨੂੰ ਭੇਜੀ ਹੈ, ਔਰ ਇਮੀਡੀਏਟਲੀ ਅਸੀਂ ਐਕਸ਼ਨ ਲਿਆ। ਕੋਈ ਮਰਿਆਦਾ ਨਹੀਂ ਹੈ, ਤਸਵੀਰਾਂ ਪਈਆਂ, ਗੁਰੂ ਗ੍ਰੰਥ ਸਾਹਿਬ ਸਰੂਪ ਹੈ, ਆਪਣੀਆਂ ਫੋਟੋਆਂ ਲਗਾ ਰੱਖੀਆਂ, ਔਰ ਪਤਾ ਹੀ ਨਹੀਂ ਹੈ ਮੇਰੇ ਤਾਂ। ਸਰਦਾਰ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂ ਹੈ, ਮੈਂ ਬੇਦ ਵੀ ਨਹੀਂ ਕਰ ਸਕਦਾ। ਹਾਲਾਤ ਜੋ ਹੈਗੇ ਆ ਉਹ ਹਾਲਾਤ ਬੜੇ ਮਾੜੇ ਆ, ਇਸ ਕਰਕੇ ਇਹ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਇਹ ਦੇਖੋ ਕਿੱਦਾਂ ਮਿੱਟੀ ਪਈ ਹੈ, ਕੋਈ ਦਰੀ ਨਹੀਂ ਹੈ, ਕੋਈ ਬਾਜੇ ਹਾਰਮੋਨੀਅਮ ਪਏ ਹੈਗੇ ਆ, ਤਬਲੇ ਪਏ ਆ, ਹਨੂੰਮਾਨ ਦੀ ਫੋਟੋ ਲੱਗੀ ਆ, ਇੱਧਰ ਕਿਸੇ ਹੋਰ ਦੀ ਲੱਗੀ ਆ, ਕਿਸੇ ਹੋਰ ਲੱਗੀ, ਇਸ ਕਰਕੇ ਇਹ ਸਰੂਪ ਸਭ ਅਸੀਂ ਲੈ ਕੇ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਜੀ ਵਾਹਿਗੁਰੂ, 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 ਸਤਨਾਮ, ਸਤਨਾਮ, ਸਤਨਾਮ ਜੀ ਵਾਹਿਗੁਰੂ, 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 ਜਪੋ ਸਤਨਾਮ, ਸਤਨਾਮ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਾਡੇ ਨਾਲ ਜਿਹੜੇ ਸਾਡੇ ਧਰਮ ਪ੍ਰਚਾਰ ਦੇ ਸੀਗੇ ਸਟਾਫ, ਸਾਡਾ ਡਿਪਾਰਟਮੈਂਟ ਜਿਹੜਾ ਹੈਗਾ ਵਿਜੀਲੈਂਸ, ਉਹ ਔਰ ਦਾਸ ਆਪ ਨਾਲ ਜਾ ਕੇ ਉੱਥੇ ਅਸੀਂ ਜਦੋਂ ਹਾਲਾਤ ਦੇਖੇ, ਪਹਿਲਾਂ ਤਾਂ ਲੱਭਣ 'ਚ ਬਹੁਤ ਟਾਈਮ ਲੱਗਾ, ਜਦੋਂ ਹਾਲਾਤ ਦੇਖੇ ਤਾਂ ਸਮਝ ਲਓ ਕੋਈ ਕੋਈ ਐਸਾ ਗੁਰਸਿੱਖ ਹੋਏਗਾ ਜਿਹੜਾ ਗੁਰੂ ਨਾਨਕ ਨਾਮ ਲੇਵਾ, ਜਿਹਦੀਆਂ ਅੱਖਾਂ 'ਚੋਂ ਆਂਸੂ ਨਾ ਆ ਜਾਣ। ਹਾਲਾਤ ਬੜੇ ਮਾੜੇ ਸੀ ਉੱਥੇ, ਔਰ ਜਿਹੜੇ ਉੱਥੇ ਲੋਕ ਸੀ ਜਿਨ੍ਹਾਂ ਨੇ, ਮੈਨੂੰ ਲੱਗਦਾ ਨਹੀਂ ਕਈ ਸਾਲਾਂ ਤੋਂ ਉਹ ਸ਼ਾਇਦ ਪ੍ਰਕਾਸ਼ ਵੀ ਹੋਇਆ ਹੋਵੇ, ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਬਾਬਾ ਜੀ ਉੱਥੇ ਮਿਲੇ, ਉਹ ਕਹਿੰਦੇ ਜੀ ਮੈਂ ਇੱਥੇ ਹੈਗਾ ਪਰ ਮੈਂ ਬੜਾ ਇੱਥੇ ਮਾਲਕਾਂ ਨੂੰ ਕਿਹਾ, ਮੇਰੀ ਗੱਲ ਨਹੀਂ ਸੁਣਦੇ। ਪਰ ਅਸੀਂ ਉਹਨਾਂ ਨੂੰ ਫਿਰ ਵੀ ਸਮਝਾਉਣ ਦੀ ਕੋਸ਼ਿਸ਼, ਪਰ ਸਮਝੇ ਨਹੀਂ। ਪਰ ਅਸੀਂ ਜਦੋਂ ਦੇਖਿਆ ਕਿ ਹਾਲਾਤ ਉੱਥੇ, ਗੀਤਾ ਵੀ ਪਈ ਸੀ ਉਹਦੀ ਵੀ ਬੜੀ ਮਤਲਬ ਕਿ ਸਮਝ ਲਓ ਹਾਲਾਤ ਬੜੇ ਇੰਨੇ ਮਤਲਬ ਠੀਕ ਨਹੀਂ ਸੀਗੇ। ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਉੱਥੇ ਪਾਲਕੀ ਤਾਂ ਸੀ, ਪਰ ਜਿਹੜਾ ਪ੍ਰਕਾਸ਼ ਸੀ, ਰੁਮਾਲੇ ਸੀ, ਜਿਹੜਾ ਕੱਪੜਾ ਸੀ ਚਿੱਟੇ ਰੰਗ ਦਾ, ਉਹ ਮਤਲਬ ਇੰਨਾ ਗੰਦਾ ਸੀ ਕਿ ਤੁਸੀਂ ਸੋਚ ਨਹੀਂ ਸਕਦੇ। ਜਦੋਂ ਅਰਦਾਸ ਕਰਦੇ ਹਾਂ ਸਮਝ ਲਓ ਅੱਖਾਂ 'ਚੋਂ ਆਂਸੂ ਹੀ ਨਿਕਲ ਆਏ, ਔਰ ਉਦੋਂ ਇਮੀਡੀਏਟਲੀ ਅਸੀਂ ਐਕਸ਼ਨ ਲੈ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉੱਥੋਂ ਲੈ ਕੇ ਅਸੀਂ ਰਕਾਬਗੰਜ ਸਾਹਿਬ, ਜਿਹੜੇ ਸਾਡੀ ਪ੍ਰੈਸ ਹੈ ਉੱਥੇ ਅਸੀਂ ਬਿਰਾਜਮਾਨ ਕੀਤਾ। ਔਰ ਮੈਂ ਸਮਝਦਾ ਕਿ ਦਿੱਲੀ ਦੀਆਂ ਸੰਗਤਾਂ ਜੇ ਕਿਤੇ ਕੋਈ ਇਹੋ ਜਿਹੀ ਹਾਲਾਤ ਕਿਤੇ ਕੋਈ ਸੰਭਾਲ ਨਹੀਂ ਕਰਨ, ਮੈਂ ਅਪੀਲ ਵੀ ਕਰਾਂਗਾ ਤੁਹਾਡੇ ਰਾਹੀਂ, ਇੱਕ ਅਪੀਲ ਵੀ ਕਰਦਾ ਕਿ ਜਿਹੜੇ ਗੁਰਸਿੱਖ ਜਿਹਨੇ ਘਰ ਆਪਣੇ ਸਰੂਪ ਗੁਰੂ ਮਹਾਰਾਜ ਹੈਗੇ ਆ, ਜੇ ਤਾਂ ਉਹ ਸੰਭਾਲ ਕਰ ਪਾਉਂਦੇ ਆ ਪ੍ਰੋਪਰ ਮਰਿਆਦਾ ਅਨੁਸਾਰ, ਤਾਂ ਮੁਬਾਰਕਬਾਦ ਦੇ ਪਾਤਰ ਹਨ ਉਹਨਾਂ ਨੇ, ਉਹਨਾਂ 'ਤੇ ਕਿਰਪਾ ਕਰੇ ਪਰਮਾਤਮਾ ਵਾਹਿਗੁਰੂ ਗੁਰੂ ਸਾਹਿਬ, ਉਹਨਾਂ 'ਤੇ ਮਿਹਰ ਪ੍ਰਾਰਥ ਕਰੋ, ਪਰਿਵਾਰ ਸਫਲ ਹੋਣ। ਜਿਨ੍ਹਾਂ ਦੇ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਭਾਲ ਨਹੀਂ ਕਰ ਪਾਉਂਦੇ, ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਸਾਨੂੰ ਜਾਣਕਾਰੀ ਦੇਣ ਕਿ ਅਸੀਂ ਸੰਭਾਲ ਨਹੀਂ ਕਰ ਪਾ ਰਹੇ, ਅਤੇ ਗੁਰੂ ਗ੍ਰੰਥ ਸਾਹਿਬ ਸਰੂਪ ਤੁਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਲੈ ਜਾਓ। ਅਸੀਂ ਬੜੇ ਨਿਮਰਤਾ ਸਹਿਤ ਉਹਨਾਂ ਦੇ ਘਰ ਜਾ ਕੇ, ਆਪਣੀ ਟੀਮ ਜਾਏਗੀ, ਔਰ ਅਸੀਂ ਲੈ ਕੇ ਆਵਾਂਗੇ ਪ੍ਰਕਾਸ਼। ਔਰ ਪਰ ਗੁਰੂ ਸਾਹਿਬ ਦੀ ਜੋ ਸੇਵਾ ਸੰਭਾਲ ਹੈ ਉਹ ਬੜੀ ਤਨਦੇਹੀ ਨਾਲ ਕਰਾਂਗੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਇਹ ਉਪਰਾਲਾ ਜਿਹੜਾ ਹੈਗਾ ਉਹ ਹੋ ਰਿਹਾ, ਔਰ ਤੁਹਾਡੇ ਸਾਹਮਣੇ ਤੁਸੀਂ ਕਲਿੱਪ ਵੀ ਦੇਖੀ ਹੋਣੀ ਕਿਵੇਂ ਉੱਥੇ
ਹਿੰਦੂਆਂ ਦੇ ਦਿਲੇ ਦੇਵੀ ਦੇਵਤੇ ਉਹਨਾਂ ਦੀਆਂ ਫੋਟੋਆਂ ਲੱਗੀਆਂ, ਬਾਬਾ ਦੀਪ ਸਿੰਘ ਦੀ ਫੋਟੋ ਲਾਈ ਹੋਈ ਸੀ ਉਹਨਾਂ ਨੇ, ਪਰ ਹਾਲਾਤ ਬੜੇ ਨਿੰਦਣਯੋਗ ਸੀ ਔਰ ਸ਼ੋਕਮਈ ਸੀਗੇ। ਮਤਲਬ ਮੈਂ ਸ਼ੋਕ, ਮਤਲਬ ਇੱਕਦਮ ਸ਼ੌਕ ਹੋ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਰੂਪਾਂ ਨੂੰ ਦੇਖਿਆ। ਪਹਿਲਾਂ ਤਾਂ ਅਸੀਂ ਵੈਰੀਫਾਈ ਕੀਤਾ, ਕਨਫਰਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਹੀ ਸਰੂਪ ਹਨ, ਅਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਕਨਫਰਮ ਹੋ ਗਿਆ ਗੁਰੂ ਗ੍ਰੰਥ ਸਾਹਿਬ ਸਰੂਪ ਹੈ, ਤਾਂ ਫਿਰ ਸਮਝ ਲਓ ਜਿਹੜਾ ਹਿਰਦਾ ਇੰਨਾ ਤੜਫ ਉੱਠਿਆ ਕਿ ਮੈਂ ਆਪਣੇ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ, ਔਰ ਅਸੀਂ ਐਕਸ਼ਨ ਲਿਆ। ਇਸ ਕਰਕੇ ਅੱਜ ਤੁਹਾਨੂੰ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੈਗੇ ਆ ਉਹ ਗੁਰਦੁਆਰਾ ਕਾਗਵਾਨ ਸਾਹਿਬ ਲੈ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।